ਹਮੀng एवरीवन ਇੱਕ ਆਪਾਂ ਨਿਊ ਟੈਸਟ ਸੀਰੀਜ਼ ਸ਼ੁਰੂ ਕਰਨ ਲੱਗੇ ਆ ਜਿਹੜਾ ਪੰਜਾਬ ਮੈਥ ਮਾਸਟਰ ਕਾਡਰ ਦਾ ਐਗਜ਼ਾਮ ਹੋਣਾ ਹੈ ਉਹ ਮੇਰੇ ਖਿਆਲ ਨਾਲ ਨੈਕਸਟ ਈਅਰ ਦੇ ਵਿੱਚ ਹੋਣਾ ਹੈ ਜੀ ਸ਼ਾਇਦ 6 ਜਾਂ 7 ਤਰੀਕ ਦੇ ਕਰੀਬ ਹੋ ਜਾਊਗਾ ਉਹਦੇ ਰਿਗਾਰਡਿੰਗ ਆਪਾਂ ਨੇ ਟੈਸਟ ਸੀਰੀਜ਼ ਸ਼ੁਰੂ ਕੀਤੀ ਹੈ दैट इज ਫ੍ਰੀ ਆਫ ਕਾਸਟ ਹੈ ਜੀ ਇਹਦੇ ਵਿੱਚ ਜਿਵੇਂ ਆਪਾਂ ਨੇ ਟੈਸਟ ਲੈਣੇ ਨੇ ਮੈਂ ਅਪਰੋਕਸੀਮੇਟਲੀ 7 ਟੂ 8 ਟੈਸਟ ਲਵਾਂਗੇ ਬਾਕੀ ਦੇਖੋ ਜਦ ਤੱਕ ਪੇਪਰ ਨਹੀਂ ਹੁੰਦਾ ਉਹ ਟੈਸਟ ਹੈ ਹਰੋ ਜੀ ਦੋਡਾ ਠੀਕ ਹੈ ਲੋ ਦੇਖੋ ਜਿਵੇਂ 25 ਦਸੰਬਰ ਜਿਹੜਾ ਕੱਲ ਹੈ ਜੀ ਆ ਪਹਿਲੇ ਪੰਜ ਟਾਪਿਕ ਮੀਨਸ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਪਹਿਲੇ ਪਹਿਲਾ ਪੇਜ ਹੈ ਸਾਰਾ ਜੀ ਉਹਦਾ ਟੈਸਟ ਹੋਊਗਾ 3 ਵਜੇ ਦੇ ਕਰੀਬ ਟੈਸਟ ਭੇਜੂਗਾ ਤੁਸੀਂ ਆਪਣਾ ਟਾਈਮ ਸੈਟ ਅਪ ਕਰਕੇ ਉਹ ਮੈਂ ਟਾਈਮ ਲਿਖ ਦਿਆ ਕਰੂੰਗਾ ਕਿ ਆਹ ਟਾਈਮ ਤੋਂ ਆਹ ਟਾਈਮ ਦੇ ਵਿੱਚ ਕਰਨਾ ਹੈ ਉਹਨੂੰ ਫਿਰ ਉਹਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਮੈਨੂੰ ਠੀਕ ਹੈ ਜੀ ਨੈਕਸਟ ਇਹ ਤਾਂ ਹੋ ਗਿਆ ਪਹਿਲਾ ਟੈਸਟ 25 ਦਸੰਬਰ ਨੂੰ ਐਵੇਂ ਹੀ ਅਗਲਾ ਦੇਖੋ ਜੀ ਸੈਕਿੰਡ ਜਿਹੜਾ ਹੈ 26 ਦਸੰਬਰ ਦੀ 6 ਤੋਂ ਲੈ ਕੇ ਲੀਨੀਅਰ ਇਨ ਇਕੁਐਲਿਟੀ ਤੱਕ ਇਹ 26 ਦਸੰਬਰ ਨੂੰ ਹੋਣਾ ਹੈ ਕਲੀਅਰ ਹੈ ਚਲੋ ਨੈਕਸਟ ਜਿਹੜਾ 27 ਦਸੰਬਰ ਨੂੰ ਕਿਹੜਾ ਕਿਹੜਾ ਹੋਣਾ ਹੈ ਜੀ 27 ਦਸੰਬਰ ਨੂੰ ਹੋਣਾ ਹੈ 12ਵੇਂ ਤੋਂ ਲੈ ਕੇ ਲਿਮਟ ਐਂਡ ਕੰਟੀਨਿਉਟੀ ਇਨ ਟੂ ਵੇਰੀਏਬਲ ਇਹਦਾ 27 ਦਸੰਬਰ ਨੂੰ ਟੈਸਟ ਹੋਣਾ ਹੈ ਕਲੀਅਰ ਹੈ ਤੇ 28 ਦਸੰਬਰ ਨੂੰ ਟੈਸਟ ਹੋਣਾ ਹੈ ਜੀ ਥੋੜਾ ਪਰਮਿਊਟੇਸ਼ਨ ਐਂਡ ਕੰਬੀਨੇਸ਼ਨ ਤੋਂ ਸ਼ੁਰੂ ਹੋ ਕੇ ਸਟੈਟਿਸਟਿਕਸ ਤੱਕ ਠੀਕ ਹੈ ਜੀ ਸਟੈਟਿਸਟਿਕਸ ਚਲੋ ਪ੍ਰੋਬੈਬਿਲਟੀ ਵੀ ਨਾਲ ਲਾ ਲਓ ਸਟੈਟਿਸਟਿਕਸ ਐਂਡ ਪ੍ਰੋਬੈਬਿਲਟੀ ਇਹਦਾ ਟੈਸਟ 28 ਦਸੰਬਰ ਨੂੰ ਹੋਣਾ ਹੈ ਤੇ ਐਮੀ 29 ਦਸੰਬਰ ਨੂੰ ਹੋਣਾ ਜੀ ਤੁਹਾਡਾ ਐਲ ਪੀਪੀ ਸਟੈਟਿਕਸ ਡਾਇਨਾਮਿਕਸ ਇਕੁਇਲਿਬਰੀਅਮ ਇਹਦਾ ਹੋਣਾ ਜੀ ਤੁਹਾਡਾ 29 ਦਸੰਬਰ ਨੂੰ ਠੀਕ ਹੈ ਜੀ ਇਹ ਹੋ ਗਿਆ ਉਸ ਤੋਂ ਨੈਕਸਟ ਹੈਗਾ 30 ਦਸੰਬਰ ਨੂੰ ਆਪਾਂ ਆਪਣਾ ਕੰਪਲੀਟ ਸਿਲੇਬਸ ਦਾ ਪਹਿਲਾ ਟੈਸਟ ਹੋਊਗਾ ਫਿਰ 31 ਦਸੰਬਰ ਨੂੰ ਇਹਦਾ ਸੈਕੰਡ ਟੈਸਟ ਹੋਊਗਾ ਐਮੀ 1 ਜਨਵਰੀ ਨੂੰ ਇਹਦਾ 3rd ਐਂਡ ਸੋਨ ਠੀਕ ਹੈ ਜੀ ਹੁਣ ਮੇਰੀ 2-3 ਰਿਕੁਐਸਟ ਨੇ ਉਹ ਜਰੂਰ ਸੁਣ ਲੋ ਇੱਕ ਤਾਂ ਪਹਿਲੀ ਗੱਲ ਹੈ ਇਹਨੂੰ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੈਕਸਿਮਮ ਸਟੂਡੈਂਟਸ ਇਹਦਾ ਬੈਨੀਫਿਟ ਉਠਾ ਸਕਣ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਰਿਕੁਐਸਟ ਇਹ ਹੈ ਸਾਰਿਆਂ ਨੂੰ ਥੋੜਾ ਜਿਹਾ ਸੀਰੀਅਸਲੀ ਹੋ ਕੇ ਇਹਦਾ ਟੈਸਟ ਦੇਣਾ ਹੈ ਠੀਕ ਹੈ ਤੇ ਇਹ ਮੇਰੀ 101% ਗਾਰੰਟੀ ਹੈ ਜੀ 101 101% ਗਾਰੰਟੀ 101% ਗਰੰਟੀ ਹੈ ਜੀ ਕਿ ਪੇਪਰ ਇਹਦੇ ਵਿੱਚੋਂ ਹੀ ਮਿਲੂਗਾ ਕਿ ਇਸ ਟਾਈਪ ਦੇ ਹੀ ਕੁਐਸਚਨ ਮਿਲਣਗੇ ਇਸ ਲਈ ਇਹਨੂੰ ਕੁਐਸਚਨਸ ਨੂੰ ਚੰਗੀ ਤਰ੍ਹਾਂ ਪੱਕੇ ਕਰ ਲਓ ਜਾਇ ਜੇ ਪਿਛਲੇ ਲੈਵਲ ਦੇ ਮੁਤਾਬਕ ਚੱਲੀ ਏ ਜਾਇ ਜੇ ਪਿਛਲੇ ਪੇਪਰ ਹੋਏ ਨੇ ਜੇ ਉਹਦੇ ਮੁਤਾਬਕ ਚੱਲੀ ਏ ਤਾਂ ਇਸ ਲੈਵਲ ਦਾ ਪੇਪਰ ਤੁਹਾਨੂੰ ਪੱਕਾ ਮਿਲ ਨਹੀਂ ਮਿਲਣਾ ਠੀਕ ਹੈ ਜੀ ਚਲੋ ਬਾਕੀ ਰੈਸਟ ਥੈਂਕ ਯੂ ਆਲ ਦੀ ਬੈਸਟ ਤੁਹਾਡੇ एग्जाम ਲਈ